ਇਸੇ ਮੁਹੱਲੇ ਦੇ ਵਿੱਚ ਰਹਿਣ ਵਾਲੀ ਬਾਬੂ ਰਾਮ ਪੁੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ 1.5 ਸਾਲ ਦੀ ਕੁੜੀ ਰਿਤਿਕਾ ਪਿਛਲੇ ਕਈ ਦਿਨਾਂ ਤੋਂ ਪੇਟ ਦੀ ਬਿਮਾਰੀ ਦੇ ਨਾਲ ਪਰੇਸ਼ਾਨ ਹੈ ਅਤੇ ਮਾਸੂਮ ਬੱਚੀ ਨੂੰ ਗੰਦਾ ਪਾਣੀ ਪੀਣ ਦੀ ਵਜ੍ਹਾ ਦੇ ਨਾਲ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੈ। ਬਾਬੂ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਪਤਨੀ ਰਜਨੀ ਦੇਵੀ ਉਮਰ 26 ਸਾਲ ਦੀ ਕਈ ਦਿਨਾਂ ਤੋਂ ਗੰਦੇ ਪਾਣੀ ਦੇ ਪ੍ਰਯੋਗ ਕਰਨ ਦੇ ਨਾਲ ਕੱਪੜੇ ਧੋਣ ਅਤੇ ਘਰ ਦੀ ਸਫਾਈ ਦੇ ਵਿੱਚ ਗੰਦਾ ਪਾਣੀ ਇਸਤੇਮਾਲ ਕਰਨ ਦੀ ਵਜ੍ਹਾ ਦੇ ਨਾਲ ਬਿਮਾਰ ਪਈ ਹੈ। ਬਾਬੂ ਰਾਮ ਨੇ ਦੱਸਿਆ ਕਿ 1 ਮਹੀਨੇ ਪਹਿਲਾਂ ਹੀ ਉਹਨਾਂ ਦੀ ਮਾਂ ਸ਼ਕੁੰਤਲਾ ਦੇਵੀ ਦੀ ਇਸੇ ਕਮਲਾ ਦੇਵੀ ਉਮਰ 60 ਸਾਲ ਪਤਨੀ ਸਵਰਗਵਾਸੀ ਗਿਰਧਾਰੀ ਲਾਲ ਨੇ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਉਹ ਬਿਸਤਰੇ ਦੇ ਉੱਤੇ ਪਈ ਹੈ ਅਤੇ ਉਸਦੇ ਪੇਟ ਦੇ ਵਿੱਚ ਦਰਦ, ਉਲਟੀਆਂ ਅਤੇ ਦਸਤ ਅਤੇ ਸਿਰ ਦਰਦ ਅਤੇ ਹੋਰ ਕਈ ਤਰ੍ਹਾਂ ਦੇ ਲੱਛਣ ਨਜ਼ਰ ਆ ਰਹੇ ਨੇ। ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ। ਇਹਨੂੰ ਚੌਹਾਨ ਗਿੱਦੜਵਾ ਖੱਡੀ ਮਹੱਲੇ ਚੋ ਵਾਰਡ ਨੰਬਰ 12 ਚੋ ਮਹੱਲੇ ਚ ਇੰਨਾ ਗੰਦਾ ਪਾਣੀ ਆ ਰਿਹਾ ਹੱਦ ਤੋਂ ਜ਼ਿਆਦਾ। ਜਦੋਂ ਰਾਜਾ ਵੜਿੰਗ ਨੇ ਵੋਟਾਂ ਲੈਣੀਆਂ ਹੁੰਦੀਆਂ ਨਾ ਉਦੋਂ ਤਾਂ ਇੰਨੇ ਭਾਸ਼ਣ ਦੇਊਗਾ ਨਾ ਕਿ ਕੱਪੜਿਆਂ ਦਾ ਨਾ ਪਸੀਨਾ ਵੀ ਨਿਚੋੜ ਦੂਗਾ। ਵੀ ਇਹਦੇ ਵਰਗਾ ਤਾਂ ਬੰਦਾ ਹੀ ਕੋਈ ਹੈ ਨੀਗਾ। ਉਹਦਾ ਅੱਡਾ ਕੁੱਤਾ ਬੰਦਾ ਕਿ ਮਹੱਲੇ ਚ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਐਂ ਸੋਚੂਗਾ ਬਸ ਮੈਂ ਹੀ ਹਾਂ ਰੱਬ, ਹੋਰ ਤਾਂ ਕੋਈ ਹੈ ਹੀ ਨੀਗਾ। ਉਹ ਮੁੱਲ ਚ ਹੁਣ ਆਊਗਾ ਨਾ ਉਹ ਤੇ ਦਰੇਲ ਹੁਣ ਤੱਕ ਮੈਂ ਬਣਾਉਣੀ ਆ ਤੇ ਜਿਹੜੀ ਪੂਰੀ ਪਬਲਿਕ ਆਊ ਨਾ ਚੱਪਲਾਂ ਨਾਲ ਨਾ ਉਹਦੀ ਨੂਨ ਰਾਈ ਤਾਰ ਦੇ ਤਾਂ ਮੈਨੂੰ ਗੰਦੇ ਪਾਣੀ ਨਾਲ ਕੀ ਪ੍ਰੋਬਲਮ ਆਈ ਹੈ ਤੁਹਾਨੂੰ? ਮੁੱਲ ਨਾਲ ਤਾਂ ਇੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਨਾ ਕਿ ਨਾਲੀਆਂ ਦਾ ਬੁਰਾ ਹਾਲ ਹੋ ਰਿਹਾ। ਬੱਚੇ ਦੇ ਇੰਨੇ ਜ਼ਿਆਦਾ ਬਿਮਾਰ ਹੋਏ ਨਾ ਤੇ ਬੁੜੀਆਂ ਨੀ ਤੰਗ ਆ ਰਹੀਆਂ ਹੱਦ ਤੋਂ ਜ਼ਿਆਦਾ ਕਿ ਰੋਜ਼ ਮੈਨੂੰ ਆਂਢਣ ਗੁਆਂਢਣ ਪੁੱਛਦੀਆਂ ਰੇਨੂੰ ਸਾਫ਼ ਪਾਣੀ ਆਈ ਜਾਂਦਾ, ਰੇਨੂੰ ਸਾਫ਼ ਪਾਣੀ ਆਈਦਾ ਤੇ ਸਾਡੇ ਮਾਲਕ ਦੀ ਦਿਆ ਨਾਲ ਸਾਫ਼ ਪਾਣੀ ਆ ਰਿਹਾ। ਪਰ ਹਰ ਮਹੱਲੇ 'ਚ ਨਾ ਮੈਂ ਵੇਖਦੀ ਹਾਂ ਪਾਣੀ ਗੰਦਾ ਆ ਰਿਹਾ, ਪਾਣੀ ਗੰਦਾ ਆ ਰਿਹਾ। ਕਿਸੇ ਤੋਂ ਮੈਂ ਇਹ ਨਹੀਂ ਸੁਣਦੀ ਕਿ ਆਹ ਸਾਫ਼ ਪਾਣੀ ਆ ਰਿਹਾ। ਮੈਂ ਕਿਹਾ ਇੰਨਾ ਗੰਦਾ ਪਾਣੀ ਆ ਰਿਹਾ ਨਾ ਕਿ ਬਸ ਮਹੱਲੇ 'ਚ ਰਹਿਣ ਨੂੰ ਦਿਲ ਨਹੀਂ ਕਰਦਾ। ਹਾਂਜੀ, ਮੇਰਾ ਨਾਮ ਸਾਵਤਰੀ ਦੇਵੀ ਹੈ ਜੀ। ਕਿਹੜਾ ਮਹੱਲਾ? ਗਿੱਦੜਵਾ ਦੇ ਰਹਿਣ ਵਾਲੇ ਹਾਂ, ਖਟੀਕ ਮਹੱਲਾ ਵਾਰਡ ਨੰਬਰ 12 ਜੀ। ਕੀ ਹੈ ਜੀ ਪਾਣੀ ਦੀ ਸਮੱਸਿਆ? ਸਾਨੂੰ ਬਹੁਤ ਸਮੱਸਿਆ ਹੈਗੀ ਪਾਣੀ ਦੀ ਜੀ। ਸਾਡੇ ਪਾਣੀ ਇੰਨਾ ਗੰਦਾ ਆਈ ਜਾਂਦਾ, ਬਿਲਕੁਲ ਕਾਲਾ, ਜਿਸ ਤਰ੍ਹਾਂ ਨਾਲੀਆਂ 'ਚ ਗਾਰਾ ਆਉਂਦੀ ਹੈ ਉਸ ਤਰ੍ਹਾਂ ਦਾ ਪਾਣੀ ਆਉਂਦਾ। ਸਾਡੀਆਂ ਮੋਟਰਾਂ ਵੀ ਜਾਮ ਹੋਈਆਂ ਪਈਆਂ, ਇੰਨਾ ਇੰਨਾ ਕੂੜਾ ਨਿਕਲਦਾ ਵਿੱਚ ਮੋਟਰਾਂ ਦੇ। ਉਹਨਾਂ ਦੇ ਵਾਲ ਮੋਟਰਾਂ ਦੇ ਸਾਫ਼ ਕਰਦੇ ਆ, ਫਿਰ ਮੋਟਰਾਂ ਪਾਣੀ ਚੱਕਦੀਆਂ ਹੈਗੀਆਂ। ਬਹੁਤ ਬਹੁਤ ਪਰੇਸ਼ਾਨੀ ਆ, ਬੱਚੇ ਬਿਮਾਰ ਪਏ ਆ, ਕਈ ਥਾਵਾਂ ਤੇ ਮਰੀਜ਼ ਇੰਨੇ ਪਏ ਆ, ਸਾਡੇ ਆਪਦੇ ਖੁਦ ਦੇ ਘਰ ਦੇ ਹੀ ਬਿਮਾਰ ਪਏ ਆ। ਤੋ ਬਹੁਤ ਜ਼ਿਆਦਾ ਪਾਣੀ ਕਰਕੇ ਹੀ ਹੈਗਾ ਇਹ ਸਾਰੀ ਸਮੱਸਿਆ। ਕਦੇ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਕਿਹਾ ਜੀ, ਅਧਿਕਾਰੀ ਨੂੰ ਕਿਹਾ? ਹਾਂਜੀ, ਬਹੁਤ ਵਾਰੀ ਕਿਹਾ, ਕਮੇਟੀ 'ਚ ਵੀ ਗਏ ਆ। ਰਾਜੇ ਵੜਿੰਗ ਜੀ ਦੀ ਜਦੋਂ ਉਹ ਆਉਂਦੇ ਹੁੰਦੇ ਸੀ ਵੋਟਾਂ ਮੰਗਣ, ਉਦੋਂ ਵੀ ਅਸੀਂ ਪਾਣੀ ਦੀ ਸਮੱਸਿਆ ਦੇ ਦੱਸੇ ਸੀ। ਉਹਨਾਂ ਨੂੰ ਵੀ ਦੇਖ ਲਓ ਹੁਣ ਕਿੰਨਾ ਚਿਰ ਹੋ ਗਿਆ ਸਾਡੀ, ਕੋਈ ਉਹਨਾਂ ਨੇ ਗੱਲ ਨਹੀਂ ਸੁਣੀ ਜੀ, ਕੁਛ ਨਹੀਂ ਗਾ। ਅੱਜ ਬਸ ਜਿਸ ਤਰ੍ਹਾਂ ਦਾ ਪਾਣੀ ਆਈ ਜਾਂਦਾ ਠੀਕ ਹੈ। ਤੋ ਕਈ ਵਾਰ ਤਾਂ ਇੰਨਾ ਗੰਦਾ ਆਉਂਦਾ ਕਿ ਗਲੀ ਦੇ ਵਿੱਚੋਂ ਜਦੋਂ ਨਾਲੀਆਂ ਦੇ ਵਿੱਚ ਪਾਣੀ ਚੱਲਦਾ, ਨਾਲ ਗਲੀ ਦੇ ਵਿੱਚ ਵੀ ਲੰਘਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸਾਨੂੰ। ਰਾਜੇ ਵੜਿੰਗ ਨੇ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਤੁਹਾਡੇ ਕੋਲ ਆਇਆ ਜੀ? ਨਹੀਂ ਆਏ ਜੀ, ਕੋਈ ਨਹੀਂ ਆਇਆ ਸਾਡੇ ਕੋਲ। ਵਿਦਿਆ ਕੀ ਹੈ ਜੀ ਇਹ ਚਮੇਲੀ ਦੇਵੀ ਦਾ ਬੈਂਕ ਨਾਲ ਕੀ ਹੈ? ਉਹ ਜੀ ਉਹਦੇ ਚੈੱਕ ਆਇਆ ਸੀ ਮਕਾਨ ਦਾ, ਤੋ ਕਢਾ ਕੇ ਲਿਆਈ ਸੀ। ਅੱਛਾ ਜੀ, ਫਿਰ ਕੀ ਹੋਇਆ ਜੀ? ਫਿਰ ਹੋਇਆ ਜੀ, ਇਹ 3 ਵਾਰ ਤਾਂ ਕਢਾ ਕੇ ਲਿਆਈ, ਇੱਕ ਵਾਰ 1000 ਕਢਾਇਆ, ਇੱਕ ਵਾਰ 15, ਇੱਕ ਵਾਰ 5 ਲਿਆਈ ਹੈ। ਇਸ ਤਰ੍ਹਾਂ ਲਿਆ ਕੇ ਇਹਨੂੰ ਮਕਾਨ 'ਚ ਵਿੱਚ, ਹੁਣ ਇਹਨੂੰ ਕਿੰਨੇ ਸਾਲ ਪਹਿਲੇ ਜਮਾ ਰਿਹਾ, ਹੁਣ ਉਹ ਕਢਾ ਲਿਆ, ਹੁਣ ਮਕਾਨ ਬਣਾਇਆ ਜਦੋਂ ਇਹਨੂੰ। ਅੱਛਾ, ਫਿਰ ਹੁਣ ਕੀ ਹੋਇਆ ਜੀ? ਹੁਣ ਉਹ ਕਹਿੰਦੇ ਆ ਵੀ ਇਹ ਤੁਹਾਨੂੰ ਦੇਣਾ ਪਊਗਾ, ਨਾ ਤੇ ਨਾ ਦੋ ਆ ਗਏ ਇਸ ਬਸਤੀ ਦੇ ਵਿੱਚ, ਦੋ ਹੈ ਹੈ ਦੂਜੀ ਚਮੇਲੀ ਤੇ ਇਹ ਚਮੇਲੀ, ਨਾ ਤੇ ਨਾ ਆ ਗਏ। ਇਹ ਕਹਿੰਦੇ ਤੂੰ ਉਹਨਾਂ ਦਾ ਚੈੱਕ, ਉਹਦਾ ਚੈੱਕ ਉਹਦੇ ਜਮਾ ਕਰਾਏ ਹੋਏ, ਇਹਦੇ ਇਸ ਤਰ੍ਹਾਂ ਹੀ ਚੈੱਕ ਮਕਾਨ ਦਾ ਹੈ। ਹਾਂ, ਉਹ ਕਹਿੰਦੇ ਹੁਣ ਵੀ ਤੂੰ ਤੁਹਾਨੂੰ ਭਰਨਾ ਪਊਗਾ।
ਕੋਈ ਘਰੇ ਕੱਲ ਇਹਨਾਂ ਦੇ ਆਇਆ ਵੀ ਸੀਗਾ? ਹਾਂਜੀ। ਕੌਣ ਆਇਆ ਸੀ ਜੀ? ਉਹ ਜੋ ਆਪਣੇ ਬੈਠੇ ਹੁੰਦੇ ਸਿਕਿਉਰਟੀ ਗਾਰਡ, ਉਹਨਾਂ ਚੋਂ ਆਇਆ ਸੀ। ਕੀ ਕਹਿੰਦਾ ਸੀ ਜੀ? ਉਹ ਕਹਿੰਦਾ ਜੀ ਤੁਹਾਨੂੰ ਦੇਣੇ ਪੈਣੇ ਕਿ ਜਿਸ ਤਰ੍ਹਾਂ ਮਰਜ਼ੀ, ਜੇ ਮਕਾਨ ਦੇ ਮਾਲਕ ਹੈ ਕੁੜੀਆਂ ਨੇ ਬਣਾਇਆ ਤਾਂ ਕੁੜੀਆਂ ਹੀ ਦੇਣਗੀਆਂ, ਦੇ ਸਕਦੀਆਂ ਨੇ, ਜਿੱਥੋਂ ਮਰਜ਼ੀ ਦਿਓ। ਇਹੀ ਗੱਲ ਮੈਨੇਜਰ ਨੇ ਕਹੀ ਸੀ। ਵਾਰਡ ਨੰਬਰ 12 ਸੇ ਬੋਲ ਰਹੀ ਹੂੰ ਜੀ। ਮੇਰੀ ਕੁੜੀ ਦੋ ਤਿੰਨ ਦਿਨ ਹੋ ਗਏ, ਛੋਰੀ ਬਿਮਾਰ ਹੈਗੀ, ਔਰ ਮੈਂ ਰੋਜ਼ ਕਦੇ 8 ਬੋਤਲ ਕਦੇ 6 ਬੋਤਲ ਚੜਵਾ ਚੜਵਾ ਕੇ ਲਾ ਰਹੀ ਹੂੰ। ਪਾਣੀ ਸੇ ਇਤਨੇ ਪਰੇਸ਼ਾਨ ਹੈ, ਹਮਨੇ ਕਮ ਸੇ ਕਮ ਸਾਲ ਡੇਢ ਸਾਲ ਹੋਗਾ ਪਾਣੀ ਸੇ ਬਹੁਤ ਪਰੇਸ਼ਾਨ ਹੋ ਰਿਹਾ ਹੈ। ਆਦਮੀ ਮੇਰਾ ਬਿਮਾਰ ਹੈ, ਛੋਰੀ ਮੇਰੀ ਬਿਮਾਰ ਹੈ, ਜਗਦੀਸ਼ ਗੋਇਲ ਕਾ ਰੋਜ਼ ਬੋਤਲ ਲਗਵਾ ਕੇ ਲਾ ਰਹੀ ਹੂੰ, ਕਦੇ 8 ਬੋਤਲ ਕਦੇ 6 ਬੋਤਲ। ਇੰਨਾ ਯਕੀਨ ਹੈ ਤਾਂ ਪੜੋਸੀਆਂ ਸੇ ਪੁੱਛ ਲਓ ਕੀ ਹਾਲ ਹੋ ਰਿਹਾ ਇਨਕਾ ਵੀ। ਕੋਈ ਇੱਕ ਸਾਥ ਨਹੀਂ ਹੈ, ਸਭ ਕਾ ਹੀ ਘਰ ਗਰਾਮ ਹੈ, ਸਭ ਕਾ ਬੁਰਾ ਹਾਲ ਹੋ ਰਿਹਾ, ਸਭ ਪਰੇਸ਼ਾਨ ਹੈ ਜੀ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਸ ਪਾਣੀ ਕਿਸੇ ਛੁਟਕਾਰਾ ਦੇ ਜਾ। ਕਬ ਸੇ ਪਾਣੀ ਜੋ ਹੈ ਖਰਾਬ ਆ ਰਿਹਾ ਹੈ? ਬਾਰ ਇਹ 2-1.5 ਸਾਲ ਹੋ ਗਏ ਜੀ। ਆਪਣੇ ਕਿਸੇ ਕੋ ਸ਼ਿਕਾਇਤ ਕੀ? ਸ਼ਿਕਾਇਤ ਬਹੁਤ ਕਰੀ ਪਰ ਕੋਈ ਸ਼ਿਕਾਇਤ ਕੀ ਕੋਈ ਨਹੀਂ ਸੁਣਾਈ ਕਰਦਾ ਜੀ। ਮੇਰਾ ਨਾਮ ਰਜਨੀ ਹੈ ਜੀ। ਰਜਨੀ ਕੀ ਹੋਇਆ ਤੁਹਾਨੂੰ? ਮੇਰੇ ਪੇਟ 'ਚ ਬਹੁਤ ਦਰਦ ਹੈ ਜੀ, ਨਾਲੇ ਤਬੀਅਤ ਵੀਕਨੈਸ ਜ਼ਿਆਦਾ ਆ ਰਹੀ ਜੀ, ਪਾਣੀ ਪੀਣ ਨੂੰ ਬਹੁਤ ਗੰਦਾ ਹੈਗਾ ਜੀ। ਇਸ ਕਰਕੇ ਵੀ ਡਾਕਟਰਾਂ ਤੋਂ ਹੀ ਟਰਾਈ ਲਈ, ਜਦੋਂ ਕਹਿੰਦੇ ਵੀ ਪਾਣੀ ਦੀ ਪ੍ਰੋਬਲਮ ਕਰਕੇ ਤੁਹਾਡੀ ਤਬੀਅਤ ਖਰਾਬ ਹੋਈ ਜਾ ਰਹੀ ਹੈ। ਕਦੋਂ ਤੋਂ ਬਿਮਾਰ ਹੋ ਤੁਸੀਂ? ਬਹੁਤ ਦਿਨ ਹੋ ਗਏ ਜੀ। ਕਿੰਨੇ ਦਿਨ? ਬਹੁਤ ਦਿਨ ਕਿੰਨੇ ਦਿਨ? 10 ਦਿਨ, 15 ਦਿਨ, 1 ਮਹੀਨਾ? 20 ਦਿਨ ਦੇ ਕਰੀਬ ਹੋ ਗਏ ਜੀ। 20 ਦਿਨ ਤੋਂ ਤੁਸੀਂ ਬਿਮਾਰ ਪਏ ਹੋ? ਹਾਂਜੀ। ਕਲਾਵਤੀ ਬੋਲ ਰਹੀ ਹੂੰ। ਮੇਰੀ ਪੋਤੀ 5 ਸਾਲ ਕੀ ਥੀ, ਵਿਚਾਰੀ ਬਿਮਾਰ, ਫਰੀਦਕੋਟ ਦਾ ਰਾਖੀ ਮੁੱਕੀ ਗਈ, ਲੈ ਕੇ ਆਇਆ ਵਿਚਾਰੀ ਨੇ ਪਾਣੀ ਸੀ ਪਰੇਸ਼ਾਨੀ, ਬੰਦੇ ਸਵੇਰੇ ਕੰਮ ਜਾਤੇ ਕੇ ਪਾਣੀ ਲਿਆਏ ਕਿ ਜਵਾਕਾਂ ਕੋ ਪਿਲਾਏ। ਮੇਰੀ ਪੋਤੀ ਵਿਚਾਰੀ 10-11 ਸਾਲ ਮਹੀਨਾ ਮੈਂ ਹੀ ਮੁੱਕ ਗਈ, ਇਤਨੀ ਦੁਖੀ ਹੋਈ, ਵਿਚਾਰੀ ਸੂਈਆਂ ਲਗਾ ਲਗਾ ਕੇ ਵਿਚਾਰੀ ਸਾਰੀ ਬਿੰਦ ਦੀ ਫਰੀਦਕੋਟ ਤੋਂ ਲੈ ਕੇ ਗਏ। ਆਪਕੀ ਪੋਤੀ ਕੋ ਕਿਆ ਹੁਆ ਥਾ? ਪੇਟ ਕੇ ਦਰਦ ਮੇਂ ਹੋਈ, ਹਸਪਤਾਲ ਮੇਂ ਦਵਾਈ ਦਵਾਈ ਉਸਕੋ ਲਾ ਰਹਾ ਹੂੰ, ਪਾਣੀ ਕੀ ਬਿਮਾਰੀ ਸੇ ਪੇਟ ਮੇਂ ਦਰਦ ਹੋ ਗਿਆ। 10-11 ਮਹੀਨੇ ਦੀ ਜੀ ਬੇਚਾਰੀ ਮਰ ਗਈ, ਫਰੀਦਕੋਟ ਲੈ ਗਏ ਸੀ, 5 ਮਹੀਨੇ ਰਾਖੀ ਉੱਠ, ਪੰਜਵੇਂ ਦਿਨ ਲੈ ਕੇ ਆ ਗਏ ਮੁਕੀ ਨੇ। 5 ਸਾਲ ਕੀ ਥੀ ਮੇਰੀ ਪੋਤੀ, ਬਹੁਤ ਵਧੀਆ ਥੀ। ਕਮਲਾ ਦੇਵੀ। ਕਮਲਾ, ਆਪਕੋ ਕਿਆ ਹੁਆ ਹੈ? ਜੀ ਬੁਖਾਰ ਚੜ੍ਹਤਾ ਹੈ ਮੇਰੇ ਕੋ, ਉਲਟੀ ਆਤੀ ਹੈ, ਪੇਟ ਮੇਂ ਦਰਦ ਹੋਤਾ ਹੈ, ਪੇਟ ਕੇ ਦਰਦ ਮੇਂ ਹੋਤਾ ਤੇ ਜਦੋਂ ਉਲਟੀ ਆ ਜਾਤੀ ਹੈ ਮੇਰੇ ਕੋ। ਆਪ ਕਬ ਸੇ ਬਿਮਾਰ ਹੋ? 2 ਮਹੀਨੇ ਹੋ ਗਏ ਜੀ ਮੈਨੂੰ ਬਿਮਾਰ ਨੂੰ। ਕਿਉਂ ਬਿਮਾਰ ਪਏ ਤੁਸੀਂ? ਪੈਸੇ ਦੇਲੇ ਦਾ ਹੈ ਕੋ ਨੀ, ਇਲਾਜ ਕਿਉਂ ਸੇ ਕਰਾਉਂ ਜੀ, ਮੇਰਾ ਬੰਦਾ ਹੋਵੇ ਤਾਂ ਮੇਰਾ ਕੋਈ ਇਲਾਜ ਕਰਾਵੇ, ਬੰਦਾ ਤਾਂ ਹੈ ਨੀ। ਤੇ ਪਾਣੀ ਖਰਾਬ ਆਤਾ ਜੀ, ਪਾਣੀ ਮੋਲ ਕਿਸੇ ਲਿਆਵਾਂ, ਦਵਾਈਆਂ ਕਈ ਕੋ ਨੀ ਪੂਰਾ ਆਵੇ। ਗੰਦੇ ਪਾਣੀ ਕੀ ਵਜ੍ਹਾ ਸੇ ਆਪ ਬਿਮਾਰ ਪੜ ਗਏ ਹੋ? ਹਾਂਜੀ ਬਿਮਾਰ ਹੋ ਗਏ ਮੈਂ ਤਾਂ। ਘਰ ਮੇਂ ਕੌਣ ਕੌਣ ਹੈ? ਘਰ ਮੇਂ ਕੌਣ ਹੈ ਜੀ, ਬੰਦਾ ਤਾਂ ਹੈ ਨੀ, ਜਵਾਕ ਆਖੇ ਲੱਗਦੇ ਕਿ ਨਹੀਂ ਲੱਗਦੇ, ਜਵਾਕ ਤਾਂ ਆਖੇ ਲੱਗ ਗਏ ਕੋਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਚੰਦਰ ਸ਼ੇਖਰ, ਵਾਰਡ ਨੰਬਰ 12 ਦਾ ਵਸਨੀਕ ਹਾਂ ਜੀ। ਕਾਫੀ ਲੰਬੇ ਸਿਰ ਤੋਂ ਸਾਡੇ ਵਾਰਡ ਵਿੱਚ, ਵਾਰਡ ਨੰਬਰ 12 ਵਿੱਚ ਖਟੀਕ ਮੱਲਾ, ਜਿਹੜਾ ਕਿ ਪੰਚਾਇਤੀ ਧਰਮਸਾਲ ਦੇ ਬਿਲਕੁਲ ਨੇੜੇ ਹੈ, ਰੇਲਵੇ ਸਟੇਸ਼ਨ ਦੇ ਸਾਹਮਣੇ ਜੀ, ਇੱਥੇ ਪਾਣੀ ਇੰਨਾ ਖਰਾਬ ਆ ਰਿਹਾ ਜੀ ਕਿ ਨਾ ਤਾਂ ਕੋਈ ਬੰਦਾ ਉਹ 'ਚ ਕੱਪੜੇ ਧੋ ਸਕਦਾ ਹੈ ਅਤੇ ਨਾ ਕੋਈ ਕੁਛ ਵੀ ਨਹੀਂ ਕਰ ਸਕਦਾ। ਕਹਿਣ ਦਾ ਭਾਵ, ਅਸੀਂ ਸਾਰੇ ਇਕੱਠੇ ਹੋ ਕੇ ਨਗਰ ਵਾਸੀ, ਅਸੀਂ ਮਾਰਕੀਟ ਇੱਥੇ ਕਮੇਟੀ 'ਚ ਵੀ ਗਏ ਸੀਗੀ, ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਹਾਰ ਕੇ ਮੈਂ ਬਾਰਡਰ ਵਰਕਸ ਵਿੱਚ ਗਿਆ ਅਤੇ ਉਹ ਕਹਿਣ ਲੱਗੇ ਜੀ ਤੁਹਾਡੇ ਮੁਹੱਲੇ ਵਿੱਚ ਸੀਵਰ ਦੀਆਂ ਪੈਪਾਂ ਟੁੱਟੀਆਂ ਪਈਆਂ ਹਨ, ਜਦੋਂ ਸੀਵਰ ਖਾਲੀ ਹੋਣਗੇ ਉਦੋਂ ਇਸ ਪਾਣੀ ਦੀ ਸਮੱਸਿਆ ਦਾ ਹੱਲ ਹੋਊਗਾ ਜੀ। ਅਤੇ ਅਸੀਂ ਇਸ ਬਾਰੇ ਰਾਇਆ ਬਿਲਡਿੰਗ ਪਹਿਲੇ ਸਾਡੇ ਇੱਥੇ ਆਏ ਸਨ,
ਤੇ ਉਹਨਾਂ ਨੂੰ ਵੀ ਇਸ ਬਾਰੇ ਦੱਸਿਆ ਸੀ, ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ। ਕੀ ਮੰਗ ਕੀ ਕਰਦੇ ਹੋ? ਅਸੀਂ ਚਾਹੁੰਦੇ ਹਾਂ ਕਿ ਸਾਡੇ ਇਸ ਵਾਰਡ ਨੰਬਰ ਵਿੱਚ ਨਵੀਆਂ ਸੀਵਰ ਦੀਆਂ ਪਾਈਪਾਂ ਪਾਈਆਂ ਜਾਣ, ਜਿਹੜੀਆਂ ਕਿ ਬਹੁਤ ਛੋਟੀਆਂ ਹਨ। ਥੋੜਾ ਜਿਹਾ ਵੀ ਮੀਂਹ ਆਉਣ ਨਾਲ ਇੱਥੇ ਗਲੀ ਦਾ ਬੁਰਾ ਹਾਲ ਹੋ ਜਾਂਦਾ ਜੀ, ਸਾਰਾ ਮਾਲ ਬਾਹਰ ਨਿਕਲ ਜਾਂਦਾ ਹੈ ਤੇ ਲੰਘਣ ਟੱਪਣ ਨਾਲ ਬਹੁਤ ਮੁਸ਼ਕਿਲ ਹੋ ਜਾਂਦਾ ਜੀ। ਹੁਣ ਤੁਸੀਂ ਪ੍ਰਸ਼ਾਸਨ ਕੋਲ ਕਿੰਨੇ ਵਾਰੀ ਗਏ ਹੋ? ਪ੍ਰਸ਼ਾਸਨ ਨੇ ਕੀ ਭਰੋਸਾ ਦਵਾਇਆ? ਪ੍ਰਸ਼ਾਸਨ ਨੇ, ਅਸੀਂ ਕਈ ਵਾਰ ਗਏ ਜੀ, ਅਸੀਂ ਲਿਖਤੀ ਰੂਪ ਤੇ ਵੀ ਦਿੱਤਾ, ਲੇਕਿਨ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ। ਉਹ ਕਹਿੰਦੇ ਆ ਜੀ ਇਹ ਤੁਹਾਡੇ MC ਜੀ ਸਾਫ ਕਰਨਗੇ ਜਾਂ ਮਤਾ ਪਾਸ ਕਰਨਗੇ ਉਦੋਂ ਹੋਊਗਾ ਜੀ। ਤੇ ਇੱਥੇ ਆਪਣੇ ਸੁਖਬੀਰ ਸਿੰਘ ਬਾਦਲ ਜੀ ਇਸ ਵਾਰਡ ਵਿੱਚ 20 ਲੱਖ ਰੁਪਇਆ ਦੇ ਕੇ ਗਏ ਸੀਗੇ, ਸੜਕਾਂ 70 ਲੱਖ ਰੁਪਇਆ ਇੱਥੇ ਦੇ ਕੇ ਗਏ ਸਨ ਜੀ। ਮੈਂ ਵੀ ਸੀਗਾ ਜੀ ਹੈਰੀਟੇਜ ਵਿੱਚ, ਉਹਨਾਂ ਨੇ ਘੋਸ਼ਣਾ ਕੀਤੀ ਸੀਗੀ ਤੇ ਹਜੇ ਤੱਕ ਕੋਈ ਇੱਥੇ ਸੜਕ ਨਹੀਂ ਬਣੀ। 25 ਸਾਲ ਹੋ ਗਏ ਜਦ ਤੋਂ MP ਆਪਣੇ ਕੀ ਕਹਿੰਦੇ ਆ ਮਨਪ੍ਰੀਤ ਜਿੱਤਿਆ ਸੀ, ਉਸ ਤੋਂ ਬਾਅਦ ਇਹ ਸੜਕ ਨਹੀਂ ਬਣੀ ਜੀ। ਤੇ ਸਾਡੇ ਬਹੁਤ ਬੁਰਾ ਹਾਲ ਹੈ। ਇੱਕ ਵਾਰੀ ਆਏ ਸੀ ਤੇ ਉਹ ਕਹਿੰਦੇ ਜੀ ਪਹਿਲਾਂ ਇੱਥੇ ਸੀਵਰ ਪਾਓ, ਸੀਵਰ ਦੀ ਵੱਡੀਆਂ ਪੱਪਾਂ, ਫਿਰ ਇਸ ਦਾ ਹੱਲ ਹੋਣਗਾ। ਮੁੜ ਕੇ ਇਹਨਾਂ ਨੇ ਕਾਗਜ਼ਾਂ 'ਚ ਹੀ ਇਹ ਸੜਕਾਂ ਬਣੀਆਂ ਜੀ। ਵਾਰਡ ਨੰਬਰ 12 ਹੈਗੇ ਜੀ, ਠੀਕ ਹੈ ਜੀ। ਹੁਣ ਪਹਿਲੋਂ ਪਾਣੀ ਇੰਨਾ ਗੰਦਾ ਆ ਰਿਹਾ ਜੀ, ਠੀਕ ਹੈ। ਘਰ ਦੇ ਵਿੱਚ ਉਸੇ ਪਾਣੀ ਨਾਲ ਪੋਚੇ ਲੱਗਣੇ ਹੈ ਜੀ, ਕੱਪੜੇ ਪਾਉਣੇ ਜੀ, ਠੀਕ ਹੈ ਜੀ। ਨਹਾਉਣਾ ਧੋਣਾ ਸਭ ਕੁਝ ਠੀਕ ਹੈ ਜੀ, ਉਸੇ ਪਾਣੀ ਨਾਲ ਕਰਨਾ। ਬੱਚਿਆਂ ਦੇ ਸਿਰ 'ਚ ਜੂਆਂ ਪੈ ਰਹੀਆਂ ਜੀ ਉਸ ਪਾਣੀ ਨਾਲ, ਇੰਨਾ ਬਦਬੂ ਮਾਰਦਾ ਜੀ ਪਾਣੀ 'ਚ। ਪੇਟ ਖਰਾਬ ਹੋ ਰਹੀ, ਮੇਰਾ ਆਪਦਾ ਪੇਟ ਖਰਾਬ ਹੈ, ਮੇਰੀ ਮਿਸਿਜ ਬਿਮਾਰ ਹੈ, ਮੇਰੇ ਦੋਨੇ ਬੱਚੇ ਬਿਮਾਰ ਹੈ, ਠੀਕ ਹੈ ਜੀ। ਉਸ ਤੋਂ ਪਹਿਲਾਂ ਮੇਰੀ ਮਾਤਾ ਜੀ ਬਿਮਾਰ ਸੀਗੀ, ਹੁਣ ਉਹ ਐਕਸਪਾਇਰ ਹੋ ਗਈ, ਠੀਕ ਹੈ ਜੀ। ਹੁਣੀ ਮੈਨਾ ਵੀ ਨਹੀਂ ਹੋਇਆ ਜੀ ਉਹਨਾਂ ਨੂੰ, ਠੀਕ ਹੈ ਜੀ। ਹੁਣ ਮੰਨ ਲਓ ਤੁਸੀਂ ਇੱਥੇ ਖੜੇ ਹੋ, ਠੀਕ ਹੈ ਜੀ, ਪੱਤਰਕਾਰ ਸਾਹਿਬ ਜੀ, ਇਸ ਵਾਰਡ 'ਚ ਅਸੀਂ ਤੁਸੀਂ ਦੇਖ ਰਹੇ ਹੋ ਕਿੰਨਾ ਪ੍ਰਦੂਸ਼ਣ ਇੱਥੇ, ਕਿੰਨਾ ਗੰਦਗੀ ਹੋ ਰਿਹਾ ਹੈ ਜੀ, ਮੁਸਕ ਮਾਰ ਰਿਹਾ ਇਸ ਵਾਰਡ 'ਚ, ਹੈ ਨਾ ਜੀ। ਦੇਖੋ ਜੀ ਜਿਸ ਤਰ੍ਹਾਂ ਰਹੇ ਜੀ, ਠੀਕ ਹੈ ਜੀ। ਇਸ ਮੁਹੱਲੇ ਇਸ ਵਾਰਡ ਦੇ ਕੋਈ ਵੀ ਇਨਸਾਨ ਜੀ ਮੈਨੂੰ ਲੱਗਦਾ ਬਾਲੇ ਚਿਰ ਨਹੀਂ ਕੱਟੂਗਾ ਜੀ, ਜਿੰਦਾ ਨਹੀਂ ਰਹੂਗਾ, ਠੀਕ ਹੈ ਜੀ। ਇਸ ਦਾ ਮਸਲਾ ਹੱਲ ਕੀਤਾ ਜਾਵੇ, ਠੀਕ ਹੈ ਜੀ। ਮੰਨ ਲਓ ਵੋਟਾਂ ਹੁੰਦੀਆਂ, ਉਦੋਂ ਵੋਟਾਂ ਮੰਗਣ ਆ ਜਾਂਦੇ, ਠੀਕ ਹੈ ਜੀ। ਅਸੀਂ ਪਾਉਂਦੇ ਜੀ ਵੋਟ ਇਸ ਲਈ ਪਾਉਂਦੇ ਹਾਂ ਵੀ ਸਾਡੇ ਕੰਮ ਵਧੀਆ ਹੋਣ, ਠੀਕ ਹੈ ਜੀ, ਸਾਡੇ ਘਰ ਵਧੀਆ ਰਹਿਣ, ਠੀਕ ਹੈ ਜੀ, ਮੁਹੱਲਾ ਸਾਫ਼ ਸੁਥਰਾ ਰਹੇ, ਬੱਚੇ ਵਧੀਆ ਰਹਿਣ, ਪੜ੍ਹ ਲਿਖ ਲੈਣ, ਉਹਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ, ਠੀਕ ਹੈ ਜੀ। ਹੁਣ ਕੀ ਕੋਈ ਵੀ ਵੋਟਾਂ ਮੰਗਣ ਆਏ ਜੀ, ਠੀਕ ਹੈ, ਅਸੀਂ ਉਹਨਾਂ ਨੂੰ ਇੱਕ ਹੀ ਗੱਲ ਕਹਾਂਗੇ, ਪਹਿਲਾਂ ਸਾਡਾ ਮਸਲਾ ਹੱਲ ਕਰੋ, ਉਸ ਤੋਂ ਬਾਅਦ ਅਸੀਂ ਵੋਟਾਂ ਦੇਖਾਂਗੇ ਕਿਹਨੂੰ ਪਾਣੀ ਕਿਹਨੂੰ ਨਹੀਂ ਪਾਣੀ। ਮੇਰਾ ਕਨਈਆ ਜੀ। ਕਨਈਆ ਜੀ, ਕਿਆ ਹੋਇਆ ਆਪਕੋ? ਮੈਂ ਉਹਨਾਂ 'ਚ ਪਾਣੀ ਪੀ ਕੇ ਨਾ ਡੇਂਗੂ ਹੋ ਗਿਆ ਜੀ, ਪੇਟ ਵੀ ਦਰਦ ਰਹਿਣ ਲੱਗ ਗਿਆ। ਡੇਂਗੂ ਹੋ ਗਿਆ ਸੀ? ਹਾਂ, ਦਵਾਈਆਂ ਦਵਾਈਆਂ ਬਹੁਤ ਲਿਆ, ਹੁਣ ਮੈਂ ਗਰੀਬ ਬੰਦਾ ਜੀ, ਦਿਹਾੜੀ ਕਰਦਾ ਜੀ ਮੈਂ। ਕਿੰਨੇ ਦਿਨਾਂ ਤੋਂ ਬਿਮਾਰ ਪਏ? ਹੁਣ 2-3 ਮਹੀਨੇ ਹੋ ਗਏ, 3 ਮਹੀਨੇ ਜੀ। ਮੇਰੀ ਕੋਈ ਸੁਣਾਈ ਨਹੀਂ ਕਰੀ, ਹਾਰ ਕੇ ਮੈਂ ਤਾਂ ਨਾ ਇੱਥੇ ਪਿਆ ਕਰੀ ਮੰਜੇ 'ਤੇ। ਦਵਾਈਆਂ ਵਗੈਰਾ ਬੰਦ ਹੋ ਗਈਆਂ? ਹਾਂ, ਦਵਾਈਆਂ ਪੈਸੇ ਹੈ ਹੀ ਨਹੀਂ ਜੀ, ਭਾਈ ਮੈਂ ਦਵਾਈਆਂ ਕਿੱਥੋਂ ਲਵਾਂ? ਮੈਂ ਰਵੀ ਕੁਮਾਰ, ਵਾਰਡ ਨੰਬਰ 12 MC ਜੀ। ਇੱਥੇ ਜੀ ਕਾਫੀ ਚਿਰਾਂ ਤੋਂ ਨਾ ਗੰਦਾ ਪਾਣੀ ਆ ਰਿਹਾ ਜੀ, ਆਹ ਤੁਹਾਡੇ ਸਾਹਮਣੇ ਦੇਖ ਲਓ ਜੀ ਕਿੰਨਾ ਗੰਦਾ ਪਾਣੀ ਹੈ ਜੀ। ਨਾ ਤਾਂ ਪੀਣ ਯੋਗਾ, ਨਾ ਇਹਦੇ ਨਾਲ ਕੱਪੜੇ ਧੋ ਸਕਦੇ ਜੀ। ਇਹਦੇ ਨਾਲ ਬੱਚੇ ਬਿਮਾਰ ਹੋ ਰਹੇ, ਪੀਲੇ ਹੋ ਰਹੇ, ਬੁਖਾਰ ਹੋ ਰਹੇ ਲੋਕਾਂ ਦੇ। ਅਤੇ ਜਿਹੜੇ ਇੱਥੇ ਦੇ ਆਪਣੇ MLA ਸਾਹਿਬ ਨੇ ਉਹ ਜਿੱਤ ਕੇ ਗਏ ਨੇ, ਹਜੇ ਤੱਕ ਇੱਕ ਵਾਰੀ ਵੀ ਉਹਨਾਂ ਨੇ ਗੇੜਾ ਨਹੀਂ ਮਾਰਿਆ ਵਾਰਡ 'ਚ, ਆਪਣੇ ਰਾਏਵੜਿੰਗ MLA ਸਾਹਿਬ। ਅਤੇ ਜੀ ਉਹਨਾਂ ਨੇ ਹਜੇ ਤੱਕ ਕੋਈ ਗੇੜਾ ਨਹੀਂ ਮਾਰਿਆ, ਲੋਕ ਬਥੇਰੇ ਉਹਨਾਂ ਕੋਲ ਗਏ ਕਿ ਪਾਣੀ ਗੰਦਾ ਆ ਰਿਹਾ ਜੀ, ਉਹ ਸੁਣ ਸੁਣਾਈ ਕਰਕੇ ਨਾ ਜੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ, ਕੋਈ ਸਿਰੇ ਨਹੀਂ ਲਾਇਆ ਕੰਮ। ਅਤੇ ਮੈਂ ਸੀਵਰ ਬੋਰਡ ਦੇ SDO ਨੂੰ ਵੀ ਫੋਨ ਕੀਤਾ, JE ਨੂੰ ਵੀ ਫੋਨ ਕੀਤਾ ਜੀ। ਜਿਹੜੀ ਇਹ ਪਾਣੀ ਵਾਲੀ ਪੈਪ ਹੈ ਸੀਵਰ ਵਿੱਚੋਂ ਲੰਘ ਰਹੀ ਹੈ, ਲੀਕ ਹੈ ਕਈ ਥਾਂ ਤੋਂ, ਅਤੇ ਜੀ ਉਹ ਉਹਨਾਂ ਦੇ ਪੈਂਚਰ ਲਾਇਆ ਜਾਵੇ ਜਾਂ ਨਵੀਂ ਪੈਪਾਂ ਪਾਈ ਜਾਣ ਕਿਸੇ ਪਾਸੇ ਜੀ। ਕਦੋਂ ਤੋਂ ਇਹ ਪਾਣੀ ਜਿਹੜਾ ਹੈਗਾ ਵਾਰਡ ਨੰਬਰ 12 'ਚ ਗੰਦਾ ਆ ਰਿਹਾ ਪੀਣ ਵਾਲੇ ਪਾਣੀ ਵਾਟਰ ਵਰਕਸ ਦੀ ਸਪਲਾਈ 'ਚ? 2 ਸਾਲ ਤਕਰੀਬਨ 2 ਸਾਲ ਹੋ ਗਏ। ਨਹੀਂ ਗਾਰੀ ਆਈ ਹੁੰਦੀ ਜੀ ਪਾਣੀ 'ਚ ਜੀ, ਆਹ ਦੇਖ ਲਓ ਤੁਹਾਡੇ ਸਾਹਮਣੇ ਜੀ ਬਾਲਾ ਗੰਦਾ ਪਾਣੀ ਆਈ ਜਾਂਦਾ। ਸੀਵਰ ਬੋਰਡ ਦੇ SDO ਨੂੰ ਵੀ JE ਨੂੰ ਵੀ ਬੜਾ ਮਾਖਿਆ ਜੀ, ਅਤੇ ਮੁਸਕ ਮਾਰਦੀ ਨਰਾਈ।
ਪੇਮੈਂਟ ਮੇਰੀ ਵਾਰਡ ਨੰਬਰ 12 ਚ ਵਾਟਰ ਸਪਲਾਈ ਜੋ ਗੰਦਾ ਪਾਣੀ ਸਪਲਾਈ ਹੋ ਰਿਹਾ ਸੀ ਉਸ ਤੇ ਅਸੀਂ ਬੰਦੇ ਅੱਜ ਲਾ ਬੰਦੇ ਲਾਤੇ ਪੂਰੀ ਟੀਮ ਰਵੀ ਐਮਸੀ ਸਾਡੇ ਨਾਲ ਸੀ ਉੱਥੇ ਕੁਝ ਗੈਰ ਘਰਾਂ ਦੇ ਗੈਰ ਕਾਨੂੰਨੀ ਕਨੈਕਸ਼ਨ ਹਲਕੀ ਪਾਈਪ ਨਾਲ ਕਨੈਕਸ਼ਨ ਕੀਤੇ ਹੁੰਦੇ ਆ ਜੋ ਕਿ ਨਾਲੀਆਂ ਵਿੱਚ ਟੱਪਦੇ ਆ ਤੇ ਵਿੱਚੋਂ ਉਹ ਗਲ ਜਾਂਦੇ ਆ ਉੱਥੋਂ ਪਾਣੀ ਗੰਦਾ ਪਾਣੀ ਮਿਕਸ ਵਾਟਰ ਸਪਲਾਈ ਪਾਈਪ 'ਚ ਪੈ ਜਾਂਦਾ ਮਿਕਸ ਹੋ ਕੇ ਲੋਕਾਂ ਦੇ ਘਰਾਂ ਜਾਂਦਾ ਹੈ ਲੋਕਾਂ ਨੂੰ ਵਾਰ ਵਾਰ ਬਹੁਤ ਕੋਸ਼ਿਸ਼ ਕਰੀਦੀ ਆ ਸਮਝਾਈਦਾ ਵੀ ਆ ਇਸ ਤੋਂ ਪਹਿਲਾਂ ਵੀ 3 ਮਹੀਨੇ ਪ੍ਰੋਬਲਮ ਆਈ ਸੀ ਇੱਕ ਵਾਰੀ ਉਦੋਂ ਵੀ ਅਸੀਂ ਲੋਕਾਂ ਦੇ ਕਨੈਕਸ਼ਨ ਕਰਕੇ ਅਤੇ ਪਾਣੀ ਸਾਫ਼ ਕਰ ਦਿੱਤਾ ਗਿਆ ਸੀ ਹੁਣ ਵੀ ਜਲਦੀ ਤੋਂ ਜਲਦੀ ਅਸੀਂ ਇਹ ਵਾਟਰ ਸਪਲਾਈ ਬਹਾਲ ਕਰ